ਕੁਛ ਨਹੀਂ ਯਾਰ, ਸਵੇਰੇ ਇੰਟੀਮੇਸ਼ਨ ਆਈ ਸੀਗੇ ਬੰਦੇ ਨੇ ਫਾਹ ਲੈ ਲਿਆ, ਅਤੇ ਫੋਰੈਂਸਿਕ ਟੀਮ ਜਿਹੜੀ ਮੌਕੇ 'ਤੇ ਆਈ ਹੈ। ਦੇਖਦੇ ਜੋ ਹਾਲਾਤ ਹੋਏ, ਜੋ ਉਹਨਾਂ ਦੇ ਪਰਿਵਾਰ ਦੇ ਜਿੱਦਾਂ ਵੀ ਕਹਿਣਗੇ ਫਿਰ ਉਸ ਹਿਸਾਬ ਨਾਲ ਵੇਖਾਂਗੇ ਜੋ ਫੈਕਟ ਸਾਹਮਣੇ ਆਏ। ਕੀ ਨਾਮ ਹੈ, ਕਿੰਨੀ ਉਮਰ ਹੈ ਬੰਦੇ ਦੀ? ਉਮਰ ਤਾਂ ਇਹਦੀ ਹੋਣੀ ਹੈ ਕੋਈ 50-52 ਦੇ ਲੱਗ ਜਾ ਕੇ ਹੋਊਗੀ। ਦੇਖਣ 'ਚ ਕੀ ਲੱਗਦਾ ਸਰ ਹੁਣ? ਭਾਅ ਜੀ ਇਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਫਿਲਹਾਲ ਟੀਮਾਂ ਪਹੁੰਚ ਗਈਆਂ ਜੀ? ਹਾਂਜੀ, ਹਾਂ ਟੀਮਾਂ ਆ ਗਈਆਂ ਸਰ। ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲੈਂਦੀ ਯਾਰ ਹੁਣ? ਹੁਣ ਦੇਖਦੇ ਹਾਂ ਕੀ ਐਕਚੁਅਲ ਪੁਜੀਸ਼ਨ ਕੀ, ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ। ਪੋਸਟਮਾਰਟਮ ਕਰਵਾਇਆ ਜਾਊਗਾ ਇਹਦਾ? ਹਾਂ ਬਿਲਕੁਲ। ਕੁਛ ਨਹੀਂ ਯਾਰ, ਸਵੇਰੇ ਇੰਟੀਮੇਸ਼ਨ ਆਈ ਸੀਗੇ ਬੰਦੇ ਨੇ ਫਾਹ ਲੈ ਲਿਆ, ਅਤੇ ਫੋਰੈਂਸਿਕ ਟੀਮ ਜਿਹੜੀ ਮੌਕੇ 'ਤੇ ਆਈ ਹੈ। ਦੇਖਦੇ ਜੋ ਹਾਲਾਤ ਹੋਏ, ਜੋ ਉਹਨਾਂ ਦੇ ਪਰਿਵਾਰ ਦੇ ਜਿੱਦਾਂ ਵੀ ਕਹਿਣਗੇ ਫਿਰ ਉਸ ਹਿਸਾਬ ਨਾਲ ਵੇਖਾਂਗੇ ਜੋ ਫੈਕਟ ਸਾਹਮਣੇ ਆਏ। ਕੀ ਨਾਮ ਹੈ, ਕਿੰਨੀ ਉਮਰ ਹੈ ਬੰਦੇ ਦੀ? ਉਮਰ ਤਾਂ ਇਹਦੀ ਹੋਣੀ ਹੈ ਕੋਈ 50-52 ਦੇ ਲੱਗ ਜਾ ਕੇ ਹੋਊਗੀ। ਦੇਖਣ 'ਚ ਕੀ ਲੱਗਦਾ ਸਰ ਹੁਣ? ਭਾਅ ਜੀ ਇਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਫਿਲਹਾਲ ਟੀਮਾਂ ਪਹੁੰਚ ਗਈਆਂ ਜੀ? ਹਾਂਜੀ, ਹਾਂ ਟੀਮਾਂ ਆ ਗਈਆਂ ਸਰ। ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲੈਂਦੀ ਯਾਰ ਹੁਣ? ਹੁਣ ਦੇਖਦੇ ਹਾਂ ਕੀ ਐਕਚੁਅਲ ਪੁਜੀਸ਼ਨ ਕੀ, ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ। ਪੋਸਟਮਾਰਟਮ ਕਰਵਾਇਆ ਜਾਊਗਾ ਇਹਦਾ? ਹਾਂ ਬਿਲਕੁਲ।